ਜੇ ਆਪਾਂ ਇਤਿਹਾਸ ਦੀ ਤਵਾਰੀਖ ਵੱਲ ਵੇਖੀਏ ਤਾਂ ਹਰ ਇੱਕ ਵੱਡੀ ਜੰਗ ਜਰ ਜੋਰੂ ਜਾਂ ਜ਼ਮੀਨ ਇਹਨਾਂ ਤਿੰਨਾਂ 'ਚੋਂ ਕਿਸੇ ਇੱਕ ਕਾਰਨ ਕਰਕੇ ਹੀ ਹੋਈ ਹੈ। ਪਰ ਸਿੱਖਾਂ ਨੇ ਇੱਕ ਵਿਲੱਖਣ ਇਤਿਹਾਸ ਰਚਦੇ ਹੋਏ ਹਮੇਸ਼ਾ ਹੀ ਜ਼ਬਰ ਅਤੇ ਜ਼ੁਲਮ ਦੇ ਖਿਲਾਫ ਹੀ ਹਥਿਆਰ ਚੁੱਕੇ ਹਨ, ਫਿਰ ਭਾਵੇਂ ਇਸ ਦੇ ਲਈ ਉਹਨਾਂ ਨੂੰ ਕਿੰਨੀ ਹੀ ਵੱਡੀ ਕੀਮਤ ਕਿਉਂ ਨਾ ਚੁਕਾਉਣੀ ਪਈ ਹੋਵੇ। ਇਹੋ ਜਿਹਾ ਹੀ ਇੱਕ ਵਾਕਾ ਇਤਿਹਾਸ ਵਿੱਚ ਵੱਡੇ ਘੱਲੂਘਾਰੇ ਦੇ ਨਾਮ ਨਾਲ ਦਰਜ ਹੈ, ਜਦੋਂ 40,000 ਤੋਂ ਵੱਧ ਸਿੰਘ ਸਿੰਘਣੀਆਂ ਅਤੇ ਛੋਟੇ ਬੱਚਿਆਂ ਨੂੰ ਬੇਰਹਿਮੀ ਨਾਲ ਇੱਕੋ ਦਿਨ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਵੀਡੀਓ ਨੂੰ ਬਣਾਉਣ ਵਿੱਚ ਵੀ ਉਹਨਾਂ ਬੁੱਕਸ ਦੀ ਹੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਰਾਹੀਂ ਆਪਾਂ ਛੋਟੇ ਘੱਲੂਘਾਰੇ ਦਾ ਵੀਡੀਓ ਬਣਾਇਆ ਸੀ, ਜਿਨ੍ਹਾਂ 'ਚੋਂ ਮੇਨ ਸਰੋਤ ਸੀ ਸਰਦਾਰ ਰਤਨ ਸਿੰਘ ਭੰਗੂ ਦਾ ਲਿਖਿਆ ਹੋਇਆ ਪੰਥ ਪ੍ਰਕਾਸ਼ ਗ੍ਰੰਥ। ਇਸ ਤੋਂ ਇਲਾਵਾ ਜਿਹੜੀਆਂ ਹੋਰ ਬੁੱਕਸ ਦੀ ਵਰਤੋਂ ਕੀਤੀ ਗਈ ਹੈ ਉਹ ਹਨ ਸਿੱਖ ਇਤਿਹਾਸ ਬਾਏ ਡਾਕਟਰ ਗੰਡਾ ਸਿੰਘ ਜੀ, ਸਾਡਾ ਇਤਿਹਾਸ ਬਾਏ ਪ੍ਰਿੰਸੀਪਲ ਸਤਵੀਰ ਸਿੰਘ ਅਤੇ ਸਿੱਖ ਤਵਾਰੀਖ ਅਤੇ ਘੱਲੂਘਾਰੇ ਬਾਏ ਡਾਕਟਰ ਹਰਜਿੰਦਰ ਸਿੰਘ ਦਲਵੀਰ। ਜੇ ਤੁਸੀਂ ਹਜੇ ਤੱਕ ਛੋਟੇ ਘੱਲੂਘਾਰੇ ਦਾ ਵੀਡੀਓ ਨਹੀਂ ਦੇਖਿਆ ਤਾਂ ਇਸ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਉਸ ਦਾ ਲਿੰਕ ਮਿਲ ਜਾਊਗਾ। ਉਂਝ ਤਾਂ ਵੱਡੇ ਘੱਲੂਘਾਰੇ ਦੀ ਘਟਨਾ 1762 ਦੀ ਹੈ, ਪਰ ਜਦੋਂ ਤੱਕ ਆਪਾਂ ਹਿੰਦੁਸਤਾਨ ਵਿੱਚ ਹੋਏ ਪਿਛਲੇ ਹਮਲਿਆਂ ਦਾ ਮਲਟੀ ਡਿਮੈਂਸ਼ਨਲ ਐਨਾਲਾਈਸਿਸ ਨਹੀਂ ਕਰਦੇ, ਉਦੋਂ ਤੱਕ ਇਸ ਵੱਡੇ ਘੱਲੂਘਾਰੇ ਦਾ ਸਹੀ ਰੂਪ ਉੱਭਰ ਕੇ ਸਾਹਮਣੇ ਨਹੀਂ ਆਉਂਦਾ। 7ਵੀਂ ਸਦੀ ਤੋਂ ਲੈ ਕੇ 15ਵੀਂ ਸਦੀ ਤੱਕ ਮੁਹੰਮਦ ਬਿਨ ਕਾਸਿਮ, ਮਹਿਮੂਦ ਗਜਨਵੀ ਅਤੇ ਹੋਰ ਕਈ ਹਮਲਾਵਰਾਂ ਨੇ ਭਾਰਤ 'ਤੇ ਲਗਾਤਾਰ ਹਮਲੇ ਕੀਤੇ। ਇਹ ਸਾਰੇ ਹਮਲਾਵਰ ਹੀ ਬਹੁਤ ਥੋੜ੍ਹੇ, ਮਸਾਂ 500-700 ਸਿਪਾਹੀ ਲੈ ਕੇ ਹੀ ਹਮਲਾ ਕਰਦੇ ਸਨ ਅਤੇ ਪਿੰਡਾਂ 'ਤੇ ਪਿੰਡ ਸਾੜ ਕੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਕੇ ਅਤੇ ਗੱਡਿਆਂ ਦੇ ਗੱਡੇ ਸੋਨਾ, ਹੀਰੇ ਅਤੇ ਗਹਿਣੇ ਗੱਟੇ ਅਤੇ ਸੈਂਕੜਿਆਂ ਦੀ ਤਾਦਾਦ ਵਿੱਚ ਕੁੜੀਆਂ ਅਤੇ ਜਵਾਨ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸਨ। ਪਰ ਹਿੰਦੁਸਤਾਨ ਦੇ ਲੋਕ ਕਰਮ ਕਾਂਡਾਂ ਵਿੱਚ ਉਲਝ ਕੇ ਮਾਨਸਿਕ ਰੂਪ ਨਾਲ ਇਸ ਕਦਰ ਗੁਲਾਮ ਹੋ ਚੁੱਕੇ ਸਨ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ 'ਤੇ ਲਾਮ ਲਸ਼ਕਰ ਹੋਣ ਤੋਂ ਬਾਅਦ ਵੀ ਜਾਂ ਤਾਂ ਉਹ ਬਿਨਾਂ ਲੜਾਈ ਹੱਥ ਖੜ੍ਹੇ ਕਰ ਦਿੰਦੇ ਸਨ ਅਤੇ ਜਾਂ ਬੜੀ ਆਸਾਨੀ ਨਾਲ ਜੰਗੇ ਮੈਦਾਨ ਛੱਡ ਕੇ ਭੱਜ ਜਾਂਦੇ ਸਨ। ਪਰ 15ਵੀਂ ਸਦੀ ਵਿੱਚ ਜਦੋਂ ਬਾਬਰ ਹਮਲਾ ਕਰਦਾ ਹੈ ਤਾਂ ਸਦੀਆਂ ਬਾਅਦ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਉਸ ਦੇ ਵਿਰੋਧ ਵਿੱਚ ਆਵਾਜ਼ ਚੁੱਕਦੇ ਹਨ। ਹਾਲਾਂਕਿ ਸਦੀਆਂ ਤੋਂ ਗੁਲਾਮ ਸੋਚ ਵਿੱਚ ਬੁਰੀ ਤਰ੍ਹਾਂ ਜਕੜੇ ਲੋਕ ਇੰਨੀ ਛੇਤੀ ਸੰਭਲ ਨਹੀਂ ਪਾਉਂਦੇ ਅਤੇ ਬਾਬਰ ਦਾ ਰਾਜ ਸਥਾਪਿਤ ਹੋ ਜਾਂਦਾ ਹੈ, ਪਰ ਹੁਣ ਗੁਰੂ ਨਾਨਕ ਸਾਹਿਬ ਦੀ ਚਲਾਈ ਲਹਿਰ ਕਰਕੇ ਸਿੱਖ ਵਜੂਦ ਵਿੱਚ ਆਉਣ ਲੱਗ ਪੈਂਦੇ ਹਨ। ਅਤੇ ਜਦੋਂ ਅਗਲਾ ਹਮਲਾਵਰ ਨਾਦਰ ਸ਼ਾਹ ਹਮਲਾ ਕਰਦਾ ਹੈ ਤਾਂ ਆਟੇ ਵਿੱਚ ਲੂਣ ਦੇ ਬਰਾਬਰ ਗਿਣਤੀ ਵਾਲੇ ਸਿੱਖ ਉਸ ਨਾਲ ਪੁਰਜ਼ੋਰ ਟੱਕਰ ਲੈਂਦੇ ਹਨ। ਛਾਪੇਮਾਰ ਝੜਪਾਂ ਰਾਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਅਗਵਾ ਕੀਤੀਆਂ ਕੁੜੀਆਂ ਨੂੰ ਆਜ਼ਾਦ ਕਰਾ ਕੇ ਸੁਰੱਖਿਅਤ ਉਹਨਾਂ ਦੇ ਘਰੋਂ ਘਰੀ ਪਹੁੰਚਾਉਂਦੇ ਹਨ। ਅਤੇ ਹੁਣ ਸਮਾਂ ਆਉਂਦਾ ਹੈ ਅਹਿਮਦ ਸ਼ਾਹ ਅਬਦਾਲੀ ਦਾ। ਇਹ ਜ਼ਾਲਮ 20 ਸਾਲ ਦੀ ਉਮਰ ਵਿੱਚ ਹੀ ਬਾਦਸ਼ਾਹ ਬਣ ਗਿਆ ਸੀ ਅਤੇ ਉਸ ਦੇ ਸਿਰ 'ਤੇ ਦੌਲਤ ਇਕੱਠੀ ਕਰਨ ਦਾ ਜਨੂੰਨ ਸਵਾਰ ਸੀ। ਉਸ ਨੇ ਭਾਰਤ 'ਤੇ 11 ਵਾਰ ਹਮਲੇ ਕੀਤੇ ਅਤੇ ਬੇਇੰਤਹਾ ਲੁੱਟਾਂ ਖੋਹਾਂ ਕੀਤੀਆਂ। ਭਾਰਤ ਵਿੱਚ ਦੋ ਕੌਮਾਂ ਨੂੰ ਬੜਾ ਹੀ ਬਹਾਦਰ ਮੰਨਿਆ ਜਾਂਦਾ ਹੈ, ਇੱਕ ਸਿੱਖ ਅਤੇ ਦੂਜੇ ਮਰਾਠੇ, ਜਿਨ੍ਹਾਂ ਨੂੰ ਆਪਾਂ ਪੰਜਾਬੀ ਵਿੱਚ ਮਰਾਠੇ ਵੀ ਕਹਿੰਦੇ ਹਾਂ। ਆਪਣੇ 5ਵੇਂ ਹਮਲੇ ਦੌਰਾਨ ਅਬਦਾਲੀ ਦਾ ਟਾਕਰਾ ਮਰਾਠਿਆਂ ਨਾਲ ਹੁੰਦਾ ਹੈ। ਇਹ ਜੰਗ ਪਾਣੀਪਤ ਦੀ ਜੰਗ ਦੇ ਨਾਮ ਨਾਲ ਜਾਣੀ ਜਾਂਦੀ ਹੈ। ਦੋਹਾਂ ਫੌਜਾਂ ਵਿੱਚ ਬੜਾ ਹੀ ਭਿਆਨਕ ਯੁੱਧ ਹੁੰਦਾ ਹੈ ਜਿਸ ਵਿੱਚ ਲੱਖਾਂ ਸਿਪਾਹੀ ਮਾਰੇ ਜਾਂਦੇ ਹਨ। ਚਾਰੇ ਪਾਸੇ ਲੋਥਾਂ ਦਾ ਸਮੁੰਦਰ ਹੀ ਨਜ਼ਰ ਆਉਂਦਾ ਹੈ। ਇਸ ਜੰਗ ਵਿੱਚ ਮਰਾਠਿਆਂ ਦੀ ਹਾਰ ਹੁੰਦੀ ਹੈ ਅਤੇ ਇਸ ਜੰਗ ਵਿੱਚ ਅਬਦਾਲੀ ਨੇ ਮਰਾਠਿਆਂ ਨੂੰ ਇੰਨਾ ਕੁ ਥੱਲੇ ਲਾਤਾ ਸੀ ਕਿ ਉਸਦਾ ਕਹਿਣਾ ਸੀ ਕਿ ਜੇ ਇਹ ਕੌਮ ਦਲੇਰ ਹੋਈ ਅਤੇ ਦੁਬਾਰਾ ਖੜ੍ਹੀ ਹੋਈ ਤਾਂ ਇਹ ਮੇਰੇ ਪੋਤਰਿਆਂ ਨਾਲ ਮੁਕਾਬਲਾ ਕਰਨਗੇ। ਘੱਟੋ ਘੱਟ 2 ਪੀੜ੍ਹੀਆਂ ਤੱਕ ਤਾਂ ਇਹਨਾਂ ਨੂੰ ਉੱਠਣ ਜੋਗਾ ਨਹੀਂ ਛੱਡਿਆ ਮੈਂ। ਇਸ ਤੋਂ ਬਾਅਦ ਅਬਦਾਲੀ ਵੀ ਮਰਾਠਿਆਂ ਨਾਲ ਰੱਜ ਕੇ ਲੁੱਟਾਂ ਖੋਹਾਂ ਕਰਦਾ ਹੈ। ਉਹ ਮੰਦਰਾਂ ਦੀ ਬੇਅਦ ਵੀ ਕਰਦਾ ਹੈ, ਪੂਰੇ ਰਾਜਧਾਨੀ ਸ਼ਹਿਰ ਨੂੰ ਅਤੇ ਦੂਰ ਨੇੜੇ ਦੇ ਘੱਟੋ ਘੱਟ 150 ਪਿੰਡਾਂ ਨੂੰ ਅੱਗ ਦੇ ਹਵਾਲੇ ਕਰ ਦਿੰਦਾ ਹੈ ਅਤੇ ਗੱਡਿਆਂ ਦੇ ਗੱਡੇ ਸੋਨਾ, ਹੀਰੇ ਮੋਤੀ ਅਤੇ ਗਹਿਣੇ, ਸੈਂਕੜੇ ਹਾਥੀ ਘੋੜੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕੁੜੀਆਂ ਅਤੇ ਜਵਾਨ ਔਰਤਾਂ ਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦਾ ਹੈ। ਹੁਣ ਮਰਾਠਿਆਂ 'ਚ ਤਾਂ ਇੰਨਾ ਜ਼ੋਰ ਨਹੀਂ ਬਚਿਆ ਸੀ ਕਿ ਉਹ ਦੁਬਾਰਾ ਅਬਦਾਲੀ ਨਾਲ ਦੋ ਹੱਥ ਕਰ ਸਕਣ। ਇਸ ਲਈ ਫਿਰ ਜਦੋਂ ਉਹਨਾਂ ਮਦਦ ਲਈ ਚਾਰੇ ਪਾਸੇ ਨਿਗਾਹ ਮਾਰੀ ਤਾਂ ਉਹਨਾਂ ਨੂੰ ਬਸ ਸਿੱਖਾਂ ਵੱਲੋਂ ਇੱਕ ਆਸ ਦੀ ਕਿਰਨ ਨਜ਼ਰ ਆਈ। ਉਸ ਸਮੇਂ ਸਿੱਖ ਮਿਸਲਾਂ ਦੇ ਰੂਪ ਵਿੱਚ ਛੋਟੇ ਛੋਟੇ ਰਾਜ ਸਥਾਪਿਤ ਕਰ ਚੁੱਕੇ ਸਨ। ਮਰਾਠੇ ਆਗੂਆਂ ਦਾ ਇੱਕ ਟੋਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਸਰਦਾਰ ਜੱਸਾ ਸਿੰਘ ਅਲੂਵਾਲੀਆ ਦੇ ਸਾਹਮਣੇ ਪੇਸ਼ ਹੋਇਆ ਅਤੇ ਕਹਿਣ ਲੱਗੇ, ਸਿੰਘ ਸਾਹਿਬ, ਸਾਨੂੰ ਇਸ ਗੱਲ ਦਾ ਜਮ੍ਹਾਂ ਅਫਸੋਸ ਨਹੀਂ ਹੈ ਕਿ ਜ਼ਾਲਮਾਂ ਨੇ ਸਾਡੇ ਘਰ ਬਾਰ ਸਾੜ ਦਿੱਤੇ ਅਤੇ ਸਾਡਾ ਖਜ਼ਾਨਾ ਲੁੱਟ ਲਿਆ, ਪਰ ਸਾਨੂੰ ਇਸ ਗੱਲ ਦਾ ਮਲਾਲ ਜ਼ਰੂਰ ਹੈ ਕਿ ਉਹ ਸਾਡੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਗਿਆ ਹੈ ਅਤੇ ਉਸਨੇ ਲਿਜਾ ਕੇ ਗਜਨੀ ਅਤੇ ਕਾਬੁਲ ਦੇ ਬਾਜ਼ਾਰਾਂ ਵਿੱਚ ਉਹਨਾਂ ਨੂੰ ਟਕੇ ਟਕੇ 'ਤੇ ਵੇਚਣਾ ਹੈ। ਸਾਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਕਦੀ ਕੋਈ ਖਾਲੀ ਨਹੀਂ ਜਾਂਦਾ, ਕਿਰਪਾ ਕਰਕੇ ਸਾਡੀ ਝੋਲੀ ਖੈਰ ਪਾਓ। ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਸਾਰੀਆਂ ਮਿਸਲਾਂ ਦੇ ਸਰਦਾਰ ਇਕੱਠੇ ਕੀਤੇ ਅਤੇ ਸਲਾਹ ਕਰਕੇ ਮਦਦ ਕਰਨ ਦਾ ਫੈਸਲਾ ਕੀਤਾ, ਕਿਉਂਕਿ ਉਸ ਸਮੇਂ ਸਿੱਖਾਂ ਦਾ ਕਿਰਦਾਰ ਹੀ ਇਹੋ ਜਿਹਾ ਸੀ ਕਿ ਉਹ ਮਜ਼ਲੂਮਾਂ 'ਤੇ ਜ਼ੁਲਮ ਹੁੰਦੇ ਨਹੀਂ ਵੇਖ ਸਕਦੇ ਸਨ। ਇਸ ਤੋਂ ਬਾਅਦ ਸਿੱਖਾਂ ਨੇ ਅਬਦਾਲੀ ਦੇ ਕਾਫਲੇ 'ਤੇ ਇੱਕ ਤੋਂ ਬਾਅਦ ਇੱਕ ਕਈ ਛਾਪੇਮਾਰ ਹਮਲੇ ਕੀਤੇ ਅਤੇ 2500 ਤੋਂ ਵੱਧ ਬੀਬੀਆਂ ਨੂੰ ਜ਼ਾਲਮਾਂ ਤੋਂ ਛੁਡਾ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ।
ਇਸ ਦੇ ਨਾਲ ਹੀ ਸਿੱਖਾਂ ਨੇ ਅਬਦਾਲੀ ਦਾ ਬਹੁਤ ਸਾਰਾ ਖਜ਼ਾਨਾ ਅਤੇ ਅਸਲਾ ਵੀ ਲੁੱਟ ਲਿਆ। ਇਹਨਾਂ ਹਮਲਿਆਂ ਵਿੱਚ ਅਬਦਾਲੀ ਬਿਲਕੁਲ ਵੀ ਸੰਭਲ ਨਹੀਂ ਪਾਇਆ ਅਤੇ ਇਸ ਨੂੰ ਆਪਣਾ ਲਾਮ ਲਸ਼ਕਰ ਸਮੇਟ ਕੇ ਲਾਹੌਰ ਭੱਜਣਾ ਪਿਆ। ਇਸ ਜੰਗ ਤੋਂ ਬਾਅਦ ਅਬਦਾਲੀ ਸਿੱਖਾਂ ਨਾਲ ਖਾਰ ਖਾਣ ਲੱਗ ਪਿਆ ਸੀ। ਇਸ ਤੋਂ ਪਹਿਲਾਂ ਉਸਦੀ ਸਿੱਖਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਸਨੇ ਆਪਣੇ ਅਗਲੇ ਹਮਲੇ ਦੌਰਾਨ ਸਿੱਖਾਂ ਨੂੰ ਮਟੀਆਂ ਮੇਟ ਕਰਨ ਦਾ ਪਲੈਨ ਬਣਾਉਂਦੇ ਹੋਏ ਪੰਜਾਬ ਦੇ ਸੂਬਿਆਂ ਦੀ ਨਵਾਬੀ ਆਪਣੇ ਖਾਸ ਖਾਸ ਬੰਦਿਆਂ ਨੂੰ ਦੇ ਦਿੱਤੀ। ਉਸਨੇ ਭੀਖਣ ਖਾਂ ਨੂੰ ਮਲੇਰਕੋਟਲੇ ਦਾ, ਜੈਨ ਖਾਨ ਨੂੰ ਸਰਹੰਦ ਦਾ, ਪੰਡਿਤ ਲਕਸ਼ਮੀ ਸਹਾਏ ਨੂੰ ਰਾਏਕੋਟ ਦਾ ਅਤੇ ਉਮੈਦ ਖਾਨ ਨੂੰ ਲਾਹੌਰ ਦਾ ਨਵਾਬ ਬਣਾਇਆ ਅਤੇ ਆਪ ਵਾਪਸ ਗਜਨੀ ਚਲਾ ਗਿਆ। ਉੱਥੇ ਜਾ ਕੇ ਉਸਨੇ ਸਿੱਖਾਂ ਨਾਲ ਟਾਕਰਾ ਲੈਣ ਲਈ ਜਿਹਾਦ ਦੇ ਨਾਮ 'ਤੇ ਵੱਡੀ ਫੌਜ ਇਕੱਠੀ ਕੀਤੀ ਅਤੇ ਥੋੜ੍ਹੇ ਟਾਈਮ ਬਾਅਦ ਹੀ ਵਾਪਸ ਭਾਰਤ 'ਤੇ ਹਮਲਾ ਕਰਨ ਤੁਰ ਪਿਆ। ਉੱਧਰ ਪੰਜਾਬ ਵਿੱਚ ਮੌਕਾ ਹੈ 1761 ਦੀ ਦੀਵਾਲੀ ਦਾ। ਪੂਰਾ ਸਿੱਖ ਪੰਥ ਸਰਬੱਤ ਖਾਲਸੇ ਲਈ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਇਕੱਠਾ ਹੁੰਦਾ ਹੈ। ਉੱਥੇ ਕੌਮ ਦੀ ਚੜ੍ਹਦੀ ਕਲਾ ਲਈ ਕਈ ਮਤੇ ਪਾਸ ਕੀਤੇ ਜਾਂਦੇ ਹਨ, ਜਿਨ੍ਹਾਂ 'ਚੋਂ ਇੱਕ ਸੀ ਕਿ ਜਿਹੜੇ ਵੀ ਮੁਖਬਿਰ ਸਿੱਖਾਂ ਦੀ ਸੂਹ ਹਕੂਮਤ ਨੂੰ ਦੇ ਕੇ ਸਿੱਖਾਂ ਨੂੰ ਗ੍ਰਿਫਤਾਰ ਕਰਾਉਂਦੇ ਹਨ ਜੋ ਕੌਮ ਦੇ ਗੱਦਾਰ ਹਨ, ਕੌਮ ਨੂੰ ਸਭ ਤੋਂ ਵੱਧ ਖਤਰਾ ਉਹਨਾਂ ਤੋਂ ਹੀ ਹੈ ਜਿਨ੍ਹਾਂ ਬਿਨਾਂ ਅਬਦਾਲੀ ਵੀ ਕੁਝ ਨਹੀਂ ਕਰ ਸਕਦਾ। ਸਭ ਤੋਂ ਪਹਿਲਾਂ ਉਹਨਾਂ ਨੂੰ ਸੋਧਿਆ ਜਾਵੇ। ਇਹਨਾਂ 'ਚੋਂ ਮੁੱਖ ਸਨ ਜੰਡਿਆਲੇ ਦਾ ਆਕਲ ਦਾਸ ਅਤੇ ਦੂਜਾ ਹਰੀਭਗਤ ਨਿਰੰਜਨੀਆਂ। ਸਿੱਖਾਂ ਨੇ ਆਕਲ ਦਾਸ ਨੂੰ ਸੁਨੇਹਾ ਭੇਜ ਕੇ ਕਿਹਾ ਕਿ ਸੁਧਰ ਜਾ, ਨਹੀਂ ਤਾਂ ਸਿੱਖਾਂ ਹੱਥੋਂ ਸੋਧਿਆ ਜਾਏਗਾ। ਜਿੱਥੇ ਆਕਲ ਦਾਸ ਨੇ ਇੱਕ ਪਾਸੇ ਸਿੱਖਾਂ ਨੂੰ ਮੈਸੇਂਜਰ ਭੇਜ ਕੇ ਮਾਫ਼ੀ ਮੰਗਣ ਅਤੇ ਰਾਜ਼ੀਨਾਮਾ ਕਰਨ ਦਾ ਢੋਂਗ ਕੀਤਾ, ਦੂਜੇ ਪਾਸੇ ਉਸਨੇ ਅਬਦਾਲੀ ਵੱਲ ਵੀ ਆਪਣਾ ਮੈਸੇਂਜਰ ਭੇਜ ਕੇ ਕਿਹਾ ਕਿ ਜਿਹੜੇ ਸੂਬੇਦਾਰ ਤੂੰ ਲਾ ਕੇ ਗਿਆ ਸੀ ਉਹਨਾਂ ਇਲਾਕੇ ਵਿੱਚ ਆਪਣੀ ਪਕੜ ਬਣਾ ਲਈ ਹੈ ਅਤੇ ਵਹੀਰ ਵਿੱਚ ਸਿੱਖਾਂ ਦੇ ਪਰਿਵਾਰ ਉਹਨਾਂ ਦੇ ਨਾਲ ਹੀ ਹਨ, ਜਿਸ ਕਾਰਨ ਉਹਨਾਂ ਲਈ ਮੁਕਾਬਲਾ ਕਰਨਾ ਔਖਾ ਹੋ ਜਾਣਾ ਹੈ। ਸੋ ਸਿੱਖਾਂ ਨੂੰ ਜੜ੍ਹਾਂ ਸਮੇਤ ਮੁੜਕਾਉਣ ਦਾ ਇਹ ਸਭ ਤੋਂ ਸੁਨਹਿਰਾ ਮੌਕਾ ਹੈ। ਤੁਸੀਂ ਛੇਤੀ ਤੋਂ ਛੇਤੀ ਫੌਜ ਲੈ ਕੇ ਚੜ੍ਹਾਈ ਕਰੋ। ਦੂਜੇ ਪਾਸੇ ਸਿੱਖਾਂ ਨੂੰ ਵੀ ਅਬਦਾਲੀ ਦੇ ਆਉਣ ਦੀਆਂ ਖਬਰਾਂ ਮਿਲ ਗਈਆਂ ਸਨ। ਸਿੱਖਾਂ ਲਈ ਅਬਦਾਲੀ ਨਾਲ ਟਾਕਰਾ ਲੈਣਾ ਕੋਈ ਵੱਡੀ ਗੱਲ ਨਹੀਂ ਸੀ, ਉਹਨਾਂ ਦਾ ਤਾਂ ਸਾਰਾ ਜੀਵਨ ਹੀ ਸੰਘਰਸ਼ਸ਼ੀਲ ਸੀ। ਉਹ ਤਾਂ ਰਹਿੰਦੇ ਹੀ ਘੋੜਿਆਂ ਦੀਆਂ ਕਾਠੀਆਂ 'ਤੇ ਸਨ, ਪਰ ਔਖਿਆਈ ਇਹ ਸੀ ਕਿ ਉਸ ਸਮੇਂ ਉਹਨਾਂ ਸਭ ਦੇ ਪਰਿਵਾਰ, ਬਜ਼ੁਰਗ, ਬੱਚੇ ਅਤੇ ਬੀਬੀਆਂ ਸਭ ਉਹਨਾਂ ਦੇ ਨਾਲ ਹੀ ਸਨ। ਸਿੱਖਾਂ ਨੂੰ ਖਬਰ ਮਿਲੀ ਸੀ ਕਿ ਅਬਦਾਲੀ ਨੂੰ ਪਹੁੰਚਣ 'ਤੇ ਅਜੇ ਘੱਟੋ ਘੱਟ 10 ਦਿਨ ਲੱਗਣਗੇ, ਇਸ ਲਈ ਉਹਨਾਂ ਸੋਚਿਆ ਕਿ ਉਨੇ ਚਿਰ ਵਿੱਚ ਆਪਾਂ ਪਰਿਵਾਰਾਂ ਨੂੰ ਬੀਕਾਨੇਰ ਲਾਗੇ ਸੁਰੱਖਿਅਤ ਥਾਵਾਂ 'ਤੇ ਛੱਡ ਆਉਣੇ ਹਾਂ। ਇਸ ਲਈ ਫਿਰ ਉਹਨਾਂ ਬੀਕਾਨੇਰ ਦੀ ਧਰਤੀ ਵੱਲ ਚਾਲੇ ਪਾ ਦਿੱਤੇ। ਸਿੱਖਾਂ ਦੇ ਵਹੀਰ ਦੀ ਗਿਣਤੀ ਉਸ ਸਮੇਂ ਲਗਭਗ 40 ਤੋਂ 45 ਹਜ਼ਾਰ ਦੇ ਕਰੀਬ ਸੀ। ਚਲਦਿਆਂ ਚਲਦਿਆਂ ਜਦੋਂ ਰਾਤ ਪੈ ਗਈ ਤਾਂ ਸਿੱਖਾਂ ਨੇ ਕੋਪ, ਰਹੀੜਾ ਅਤੇ ਗੋਹਿਲਾ ਤਿੰਨਾਂ ਪਿੰਡਾਂ ਦੀ ਜੂਹ ਵਿਚਕਾਰ ਆਪਣਾ ਪੜਾਅ ਲਗਾ ਲਿਆ। ਸਿੱਖ ਸੋਚ ਰਹੇ ਸਨ ਕਿ ਅਬਦਾਲੀ ਨੂੰ ਪਹੁੰਚਣ 'ਤੇ ਅਜੇ ਘੱਟੋ ਘੱਟ 4-5 ਦਿਨ ਹੋਰ ਲੱਗਣਗੇ, ਪਰ ਅਬਦਾਲੀ ਦੇ ਸਿਰ ਸਿੱਖਾਂ ਨੂੰ ਮਾਰ ਮੁਕਾਉਣ ਦਾ ਜਨੂੰਨ ਇਸ ਕਦਰ ਸਵਾਰ ਸੀ ਕਿ ਉਸਨੇ ਆਪਣੀ ਫੌਜ ਨੂੰ ਲਗਾਤਾਰ 36 ਘੰਟੇ ਤੱਕ ਤੋਰੀ ਰੱਖਿਆ। 36 ਘੰਟਿਆਂ ਤੱਕ ਰੋਟੀ ਤਾਂ ਦੂਰ, ਉਸਨੇ ਕਿਸੇ ਨੂੰ ਖਲੋ ਕੇ ਪਾਣੀ ਤੱਕ ਨਹੀਂ ਪੀਣ ਦਿੱਤਾ। ਉਸਨੇ ਸੁਨੇਹਾ ਭੇਜ ਕੇ ਸੂਬੇਦਾਰਾਂ ਦੀਆਂ ਫੌਜਾਂ ਨੂੰ ਵੀ ਇਕੱਠਾ ਕਰ ਲਿਆ ਅਤੇ ਤੜਕੇ 3 ਵਜੇ ਦੇ ਕਰੀਬ ਜਾ ਕੇ ਵਹੀਰ ਨੂੰ ਘੇਰਾ ਪਾ ਲਿਆ। ਉਸ ਸਮੇਂ ਕੁਝ ਸਿੰਘ ਲੇਟੇ ਹੋਏ ਸਨ, ਕੁਝ ਪਰਮਾਤਮਾ ਦੀ ਬਾਣੀ ਵਿੱਚ ਲੀਨ ਸਨ। ਜਦ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣੀ ਤਾਂ ਸਿੰਘਾਂ ਨੇ ਨਗਾੜੇ 'ਤੇ ਚੋਟ ਲਾ ਦਿੱਤੀ। ਸਾਰੇ ਸਿੰਘ ਲੜਨ ਲਈ ਫੌਰਨ ਤਿਆਰ ਹੋ ਗਏ ਸਨ। ਹੁਣ ਇੱਕ ਪਾਸੇ ਅਬਦਾਲੀ ਦੀ ਲੱਖਾਂ ਗਿਣਤੀ ਦੀ ਫੌਜ ਸੀ, ਜਿਸ ਦੇ ਨਾਲ ਆ ਕੇ ਸਰਹੰਦ, ਮਲੇਰਕੋਟਲਾ, ਲਾਹੌਰ ਅਤੇ ਹੋਰ ਲੋਕਲ ਸੂਬਿਆਂ ਦੀਆਂ ਫੌਜਾਂ ਵੀ ਰਲ ਗਈਆਂ ਸਨ, ਜਿਨ੍ਹਾਂ ਦੀ ਗਿਣਤੀ ਅਬਦਾਲੀ ਦੀ ਫੌਜਾਂ ਨਾਲੋਂ ਵੀ ਕਿਤੇ ਵੱਧ ਸੀ। ਅਤੇ ਦੂਜੇ ਪਾਸੇ ਸੀ ਸਿੱਖਾਂ ਦਾ 45 ਹਜ਼ਾਰ ਦਾ ਵਹੀਰ, ਜਿਸ ਵਿੱਚ ਲੜਨ ਵਾਲੇ ਹਥਿਆਰਬੰਦ ਯੋਧੇ ਘੱਟ ਅਤੇ ਬਜ਼ੁਰਗ ਬੀਬੀਆਂ ਅਤੇ ਬੱਚਿਆਂ ਦੀ ਗਿਣਤੀ ਜ਼ਿਆਦਾ ਸੀ। ਸਰਦਾਰ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਗ੍ਰੰਥ ਅਨੁਸਾਰ ਸਿੱਖਾਂ ਨੇ ਲੜਨ ਦੀ ਇਹੋ ਜਿਹੀ ਨੀਤੀ ਤਿਆਰ ਕੀਤੀ ਸੀ ਜਿਵੇਂ ਕੋਈ ਕੁੱਕੜੀ ਆਪਣੇ ਖੰਭਾਂ ਹੇਠਾਂ ਆਪਣੇ ਬੱਚਿਆਂ ਨੂੰ ਲੁਕੋ ਕੇ ਨਾਲ ਨਾਲ ਚੱਲਦੀ ਹੈ ਤਾਂ ਕਿ ਉਹ ਸੁਰੱਖਿਅਤ ਰਹਿ ਸਕਣ। ਉਸੇ ਤਰ੍ਹਾਂ ਸਿੱਖ ਯੋਧਿਆਂ ਨੇ ਵੀ ਰਲ ਕੇ ਇੱਕ ਇਹੋ ਜਿਹਾ ਮਨੁੱਖੀ ਕਿਲ੍ਹਾ ਬਣਾ ਲਿਆ ਸੀ ਜਿਸ ਵਿੱਚ ਦੋਵੇਂ ਪਾਸੇ ਹਥਿਆਰਬੰਦ ਸੂਰਮੇ ਸਨ ਅਤੇ ਵਿਚਕਾਰ ਉਹਨਾਂ ਨੇ ਬੀਬੀਆਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਰੱਖਿਆ ਹੋਇਆ ਸੀ। ਸਿੱਖ ਲੜ ਰਹੇ ਸਨ ਅਤੇ ਚੱਲ ਰਹੇ ਸਨ, ਚੱਲ ਰਹੇ ਸਨ ਅਤੇ ਲੜ ਰਹੇ ਸਨ ਅਤੇ ਹੌਲੀ ਹੌਲੀ ਪੈਂਡਾ ਮੁਕਾਉਂਦੇ ਹੋਏ ਪੰਜਾਬ ਤੋਂ ਸੁਰੱਖਿਅਤ ਥਾਵਾਂ ਵੱਲ ਵੱਧ ਰਹੇ ਸਨ। ਉਹਨਾਂ ਦੇ ਸਾਹਮਣੇ ਦੁਸ਼ਮਣ ਨਾਲ ਟਾਕਰਾ ਲੈਣ ਦੀ ਅਤੇ ਵੀਰ ਨੂੰ ਚਲਾਉਂਦੇ ਰਹਿਣ ਦੀ ਦੋਵਾਂ ਦੀ ਜ਼ਿੰਮੇਵਾਰੀ ਸੀ। ਜਦ ਦੋਵੇਂ ਪਾਸੇ ਸਿੰਘ ਸੂਬਿਆਂ ਦੀਆਂ ਫੌਜਾਂ ਨਾਲ ਜੂਝ ਰਹੇ ਸਨ ਤਦ ਅਬਦਾਲੀ ਅਤੇ ਉਸਦੀ ਫੌਜ ਨੇ ਆ ਕੇ ਪਰਿਵਾਰਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਸਵੇਰ ਤੋਂ ਸ਼ਾਮ ਤੱਕ ਲੜਦਿਆਂ ਅਤੇ ਤੁਰਦਿਆਂ ਸਿੱਖ ਲਗਭਗ 14 ਮੀਲ ਦਾ ਫਾਸਲਾ ਤੈਅ ਕਰਦੇ ਹਨ, ਜਿਸ ਦੌਰਾਨ ਬੇਇੰਤਹਾ ਕਤਲੇਆਮ ਹੁੰਦਾ ਹੈ ਅਤੇ ਸ਼ਾਮ ਤੱਕ ਲਗਭਗ 40 ਹਜ਼ਾਰ ਤੋਂ ਵੱਧ ਸਿੰਘ, ਸਿੰਘਣੀਆਂ ਅਤੇ ਛੋਟੇ ਬੱਚੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤੇ ਜਾਂਦੇ ਹਨ। 14 ਮੀਲ ਦਾ ਇਹ ਪੰਧ ਚਾਰੇ ਪਾਸੇ ਲੋਥਾਂ ਹੀ ਲੋਥਾਂ ਨਾਲ ਭਰਿਆ ਹੋਇਆ ਸੀ
ਤੇ ਡੁੱਲਿਆ ਲਹੂ ਵੇਖ ਕੇ ਇੰਜ ਜਾਪਦਾ ਸੀ ਜਿਵੇਂ ਕਿਸੇ ਨੇ ਰਾਹ 'ਤੇ ਲਾਲ ਗਲੀਚਾ ਵਿਛਾ ਦਿੱਤਾ ਹੋਵੇ। ਰਾਤ ਪੈਣ ਤੱਕ ਹੁਣ ਵਹੀਰ ਵਿੱਚ ਬਸ 2000 ਦੇ ਕਰੀਬ ਸਿੱਖ ਹੀ ਬਚੇ ਸਨ ਜੋ ਇੱਕ ਛੋਟੇ ਜਿਹੇ ਕਿੱਕਰਾਂ ਦੇ ਜੰਗਲ ਵਿੱਚ ਆ ਕੇ ਲੁੱਕ ਜਾਂਦੇ ਹਨ। ਅਬਦਾਲੀ ਦੀਆਂ ਫੌਜਾਂ ਇਸ 1.5 ਕਿਲੋਮੀਟਰ ਦੇ ਛੋਟੇ ਜਿਹੇ ਜੰਗਲ ਨੂੰ ਚਾਰੇ ਪਾਸਿਓਂ ਘੇਰਾ ਪਾ ਲੈਂਦੀਆਂ ਹਨ। ਸਿੱਖ ਯੋਧਿਆਂ 'ਚੋਂ ਕੋਈ ਇਹੋ ਜਿਹਾ ਸਰੀਰ ਨਹੀਂ ਸੀ ਜੋ ਬੁਰੀ ਤਰ੍ਹਾਂ ਜ਼ਖਮੀ ਨਾ ਹੋਇਆ ਹੋਵੇ। ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦੇ ਸਰੀਰ 'ਤੇ 20 ਤੋਂ ਵੱਧ ਫੱਟ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਦੇ ਸਰੀਰ 'ਤੇ 19 ਫੱਟ ਸੀ ਅਤੇ ਉਹਨਾਂ ਦੇ 3 ਗੋਲੀਆਂ ਵੱਜੀਆਂ ਸਨ। ਇਸ ਤੋਂ ਬਾਅਦ ਸਿੰਘ ਸੂਰਮੇ ਕਿਵੇਂ ਲੱਖਾਂ ਦਾ ਘੇਰਾ ਤੋੜ ਕੇ ਬਚਣ ਵਿੱਚ ਕਾਮਯਾਬ ਹੋਏ ਅਤੇ ਕਿਵੇਂ ਇੰਨੀ ਘੱਟ ਗਿਣਤੀ ਹੋਣ ਦੇ ਬਾਅਦ ਵੀ ਸਿੱਖਾਂ ਨੇ ਅਬਦਾਲੀ ਤੋਂ ਇਸ ਕਤਲੇਆਮ ਦਾ ਬਦਲਾ ਲਿਆ, ਇਹ ਸਭ ਦੇਖਾਂਗੇ ਆਪਾਂ ਵੱਡੇ ਘੱਲੂਘਾਰੇ ਦੇ 2nd ਪਾਰਟ ਵਿੱਚ। ਨਾਲ ਹੀ ਜ਼ਿਕਰ ਕਰਾਂਗੇ ਇੱਕ ਇਹੋ ਜਿਹੇ ਸਿੱਖ ਮੁਕਾਬਲੇ ਦੀ ਜਿਸ ਦੇ ਸਾਹਮਣੇ ਰੋਮ ਦੇ ਗਲਾਈਡੀਏਟਰ ਵੀ ਫਿੱਕੇ ਪੈ ਜਾਣਗੇ। ਇਹ ਸਭ ਦੇਖਾਂਗੇ ਨੈਕਸਟ ਵੀਡੀਓ ਵਿੱਚ। ਜੇ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਇਸ ਨੂੰ ਆਪਣੇ ਵਟਸਐਪ ਦੇ ਹਰ ਕੰਟੈਕਟ ਨੂੰ, ਹਰ ਗਰੁੱਪ ਨੂੰ ਸ਼ੇਅਰ ਕਰ ਦਿਓ ਤਾਂ ਜੋ ਲੋਕਡਾਊਨ ਦਾ ਇਹ ਸਮਾਂ ਆਪਾਂ ਯੂਜ਼ਲੈਸ ਕੰਟੈਂਟ ਦੇਖਣ ਦੀ ਥਾਂ ਆਪਣੇ ਇਤਿਹਾਸ ਨੂੰ ਜਾਣਨ ਵਿੱਚ ਇਨਵੈਸਟ ਕਰੀਏ। ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ, ਤੁਸੀਂ ਬਹੁਤ ਕੁਝ ਮਿਸ ਕਰ ਰਹੇ ਹੋ। ਅਤੇ ਹੁਣ ਸਮਾਂ ਇੱਕ ਸਪੈਸ਼ਲ ਅਨਾਊਂਸਮੈਂਟ ਕਰਨ ਦਾ। ਅੱਜ ਅਸੀਂ ਤੁਹਾਡੇ ਸਭ ਲਈ ਇੱਕ ਸਪੈਸ਼ਲ ਟਾਸਕ ਲੈ ਕੇ ਆਏ ਹਾਂ, ਦਾ ਟ੍ਰੈਡੀਸ਼ਨਲ ਵੀਅਰ ਚੈਲੇਂਜ। ਟ੍ਰੈਡੀਸ਼ਨਲ ਵੀਅਰ ਵਿੱਚ ਆਪਣੀਆਂ ਬੈਸਟ ਪਿਕਸ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ DM ਕਰਿਓ, ਅਸੀਂ ਤੁਹਾਡੀ ਯੂਜ਼ਰ ID ਦੇ ਲਿੰਕ ਨਾਲ ਉਸਨੂੰ ਆਪਣੇ ਇੰਸਟਾਗ੍ਰਾਮ ਪੇਜ 'ਤੇ ਅਪਲੋਡ ਕਰਾਂਗੇ। ਸਪੋਂਸਰਸ਼ਿਪ ਅਤੇ ਬਿਜ਼ਨਸ ਇਨਕੁਆਇਰੀ ਲਈ ਡਿਟੇਲਸ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੀਆਂ। ਅਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।